3 मई 1981 ਨੂੰ ਨਰਗਿਸ ਜਿਸ ਨੂੰ ਬਾਲੀਵੁੱਡ ਦੀ ਮਦਰ ਇੰਡੀਆ ਵੀ ਕਿਹਾ ਜਾਂਦਾ ਹੈ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ। ਨਰਗਿਸ ਪਦਮ ਸ਼੍ਰੀ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਸਿਨੇਮਾ ਅਭਿਨੇਤਰੀ ਸੀ। ਇਸ ਤੋਂ ਇਲਾਵਾ ਨਰਗਿਸ ਰਾਜ ਸਭਾ ਵਿੱਚ ਨਾਮਜ਼ਦ ਹੋਣ ਵਾਲੀ ਪਹਿਲੀ ਅਭਿਨੇਤਰੀ ਸੀ। ਇੰਨਾ ਹੀ ਨਹੀਂ ਉਸ ਨੂੰ ਕਾਰਲੋਵੀ ਵੇਰੀ ਇੰਟਰਨੈਸ਼ਨਲ ਫੈਸਟੀਵਲ ਫੋਰ ਮਦਰ ਇੰਡੀਆ ਲਈ ਸਰਵੋਤਮ ਅਭਿਨੇਤਰੀ ਦਾ ਅਵਾਰਡ ਦਿੱਤਾ ਗਿਆ ਸੀ। ਨਰਗਿਸ ਇਸ ਸੰਸਥਾ ਤੋਂ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਸੀ। 1 ਜੂਨ 1929 ਨੂੰ ਕੋਲਕਾਤਾ 'ਚ ਜਨਮੀ ਨਰਗਿਸ ਦਾ ਅਸਲੀ ਨਾਂ ਫਾਤਿਮਾ ਰਾਸ਼ਿਦ ਸੀ। ਉਹ ਪਹਿਲੀ ਵਾਰ 5 ਸਾਲ ਦੀ ਉਮਰ ਵਿੱਚ ਫਿਲਮ ਤਲਸ਼ੇ ਇਸ਼ਕ ਵਿੱਚ ਪਰਦੇ ਤੇ ਨਜ਼ਰ ਆਈ ਸੀ, ਪਰ ਉਸਦਾ ਅਸਲ ਫਿਲਮੀ ਕਰੀਅਰ 1942 ਵਿੱਚ ਫਿਲਮ ਤਮੰਨਾ ਨਾਲ ਸ਼ੁਰੂ ਹੋਇਆ ਸੀ। ਨਰਗਿਸ ਅਤੇ ਰਾਜ ਕਪੂਰ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸਨ। ਇਸ ਦੀ ਉਦਾਹਰਣ ਮਧੂ ਜੈਨ ਦੀ ਕਿਤਾਬ ਫਸਟ ਫੈਮਿਲੀ ਆਫ ਇੰਡੀਅਨ ਸਿਨੇਮਾ ਦ ਕਪੂਰ ਸ਼ੋ ਮਿਲਦੀ ਹੈ। ਮਧੂ ਜੈਨ ਆਪਣੀ ਕਿਤਾਬ ਵਿੱਚ ਲਿਖਦੀ ਹੈ, ਨਰਗਿਸ ਨੇ ਰਾਜ ਕਪੂਰ ਦੀਆਂ ਫਿਲਮਾਂ ਵਿੱਚ ਆਪਣਾ ਦਿਲ, ਆਪਣੀ ਆਤਮਾ ਅਤੇ ਇੱਥੋਂ ਤੱਕ ਕਿ ਆਪਣਾ ਪੈਸਾ ਵੀ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਫਲੋਪ ਫਿਲਮਾਂ ਦੇ ਦੌਰ ਦੌਰਾਨ ਜਦੋਂ ਆਰਕੇ ਸਟੂਡੀਓਜ਼ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ, ਨਰਗਿਸ ਨੇ ਪੈਸੇ ਦੀ ਪੂਰਤੀ ਲਈ ਆਪਣੇ ਗਹਿਣੇ ਵੇਚ ਦਿੱਤੇ ਸਨ। ਹੋਰ ਨਿਰਮਾਤਾਵਾਂ ਦੀਆਂ ਫਿਲਮਾਂ ਅਦਾਲਤ, ਘਰ ਸੰਸਾਰ ਅਤੇ ਲਾਜਵੰਤੀਆਂ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਤਾਂ ਜੋ ਆਰਕੇ ਫਿਲਮਸ ਦੀ ਮਦਦ ਕੀਤੀ ਜਾ ਸਕੇ। ਰਾਜ ਕਪੂਰ ਲਈ ਆਪਣੀ ਪਹਿਲੀ ਫਿਲਮ ਆਗ ਲਈ ਨਰਗਿਸ ਨੂੰ ਕਾਸਟ ਕਰਨਾ ਆਸਾਨ ਨਹੀਂ ਸੀ, ਇਸ ਲਈ ਕਈ ਸ਼ਰਤਾਂ ਰੱਖੀਆਂ ਗਈਆਂ ਸਨ। ਨਰਗਿਸ ਦੀ ਮਾਂ ਜਦਨ ਬਾਈ ਨੇ ਸ਼ਰਤ ਰੱਖੀ ਸੀ ਕਿ ਫਿਲਮ ਦੇ ਪੋਸਟਰ 'ਚ ਬੇਟੀ ਦਾ ਨਾਂ ਕਾਮਿਨੀ ਕੌਸ਼ਲ ਅਤੇ ਨਿਗਾਰ ਸੁਲਤਾਨਾ ਤੋਂ ਉੱਤੇ ਰੱਖਿਆ ਜਾਵੇ। ਨਰਗਿਸ ਦੀ ਫੀਸ 10,000 ਰੁਪਏ ਤੋਂ ਵਧਾ ਕੇ 40,000 ਰੁਪਏ ਕਰਨ ਦੀ ਸ਼ਰਤ ਵੀ ਰੱਖੀ ਗਈ ਸੀ। ਜਦੋਂ ਰਾਜ ਕਪੂਰ ਨੇ ਨਰਗਿਸ ਨੂੰ ਬਰਸਾਤ ਦੀ ਸ਼ੂਟਿੰਗ ਲਈ ਕਸ਼ਮੀਰ ਲਿਜਾਣ ਲਈ ਕਿਹਾ ਤਾਂ ਉਹਨਾਂ ਦੀ ਮਾਂ ਜਗਨ ਬਾਈ ਨੇ ਸਾਫ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਮਹਾਬਲੇਸ਼ਵਰ ਵਿੱਚ ਕਸ਼ਮੀਰ ਦਾ ਇੱਕ ਸੈੱਟ ਬਣਾਇਆ ਗਿਆ ਸੀ। ਨਰਗਿਸ ਨੇ ਆਪਣੇ ਸ਼ਾਨਦਾਰ ਕਰੀਅਰ ਵਿੱਚ ਇੱਕ ਤੋਂ ਵੱਧ ਇੱਕ ਕਲਾਸਿਕ ਫਿਲਮਾਂ ਦਿੱਤੀਆਂ, ਪਰ ਮਦਰ ਇੰਡੀਆ 'ਚ ਉਹਨਾਂ ਨੇ ਐਕਟਿੰਗ ਦੀ ਅਜਿਹੀ ਛਾਪ ਛੱਡੀ ਕਿ ਉਹਨਾਂ ਨੂੰ ਮਦਰ ਇੰਡੀਆ ਦਾ ਨਾਂ ਦਿੱਤਾ ਗਿਆ, ਜਦੋਂ ਕਿ ਉਸ ਸਮੇਂ ਨਰਗਿਸ ਦੀ ਉਮਰ 28 ਸਾਲ ਦੀ ਸੀ। ਮਹਿਬੂਬ ਖਾਨ ਦੀ ਫਿਲਮ ਮਦਰ ਇੰਡੀਆ ਨੂੰ ਭਾਰਤੀ ਸਿਨੇਮਾ ਦੀਆਂ ਕਲਾਸਿਕ ਫਿਲਮਾਂ ਵਿੱਚ ਸਿਖਰ ਤੇ ਥਾਂ ਮਿਲੀ ਹੋਈ ਹੈ। ਇਹ ਫਿਲਮ ਪਹਿਲੀ ਭਾਰਤੀ ਫਿਲਮ ਹੈ ਜਿਸ ਨੂੰ ਆਸਕਰ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਸੀ। ਇਹ ਫਿਲਮ ਸਿਰਫ ਇੱਕ ਵੋਟ ਨਾਲ ਹਾਰ ਗਈ ਸੀ। ਫਿਲਮ ਵਿੱਚ ਨਰਗਿਸ ਦੱਤ ਦੇ ਪੁੱਤਰਾਂ ਦਾ ਕਿਰਦਾਰ ਸੁਨੀਲ ਦੱਤ ਅਤੇ ਰਾਜਿੰਦਰ ਕੁਮਾਰ ਨੇ ਨਿਭਾਇਆ ਸੀ। ਨਰਗਿਸ ਨੂੰ ਸੁਨੀਲ ਦੱਤ ਨੇ ਫਿਲਮ ਤੇ ਸੈੱਟ ਤੇ ਲੱਗੀ ਅੱਗ ਤੋਂ ਬਚਾਇਆ ਸੀ ਅਤੇ ਇਸ ਤੋਂ ਬਾਅਦ ਦੋਵਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋ ਗਈ ਸੀ, ਜੋ ਫਿਲਮ ਦੇ ਰਿਲੀਜ਼ ਦੇ ਅਗਲੇ ਸਾਲ ਹੀ ਵਿਆਹ 'ਚ ਬਦਲ ਗਈ।